ਨਾਗਰਿਕਤਾ ਕਾਨੂੰਨ ਐਕਟ ਤੇ ਐਨਆਰਸੀ ਦੇ ਖਿਲਾਫ ਅੱਜ ਪੰਜਾਬ ਕਾਂਗਰਸ ਦਾ ਹੱਲਾ ਬੋਲ ਤੇ ਲੁਧਿਆਣਾ ਵਿੱਚ ਕਾਂਗਰਸ ਦੇ ਵੱਲੋਂ ਵਿਰੋਧ ਜ਼ਾਹਰ ਵੀ ਕੀਤਾ ਜਾਏਗਾ, ਪ੍ਰਦਰਸ਼ਨ ਕੀਤਾ ਜਾਏਗਾ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਣਗੇ, ਸੂਬਾ ਪ੍ਰਧਾਨ ਸੁਨੀਲ ਜਾਖੜ ਮੌਜੂਦ ਹੋਣਗੇ, ਸੂਬਾ ਇੰਚਾਰਜ ਆਸ਼ਾ ਕੁਮਾਰੀ ਵੀ ਹੋਣਗੇ ਤੇ ਇਸ ਦੇ ਨਾਲ ਹੀ ਤਮਾਮ ਮੰਤਰੀ ਅਤੇ ਕਾਂਗਰਸੀ ਵਿਧਾਇਕ ਮੌਜੂਦ ਰਹਿਣਗੇ। ਦੱਸਦੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਪੰਜਾਬ ਦੇ ਵਿੱਚ ਕਿਸੇ ਵੀ ਸੂਰਤ ਦੇ ਵਿੱਚ ਇਸ ਐਕਟ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਸੋ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਇਸ ਕਾਨੂੰਨ ਦੇ ਨਾਲ, ਇਸ ਐਕਟ ਦੇ ਨਾਲ ਇਤਫਾਕ ਨਹੀਂ ਰੱਖਦੇ ਨੇ। ਉਹਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਸੀ ਕਿ ਇਸ ਕਾਨੂੰਨ ਨੂੰ ਪੰਜਾਬ ਦੇ ਵਿੱਚ ਕਦੇ ਵੀ ਲਾਗੂ ਨਹੀਂ ਹੋਣ ਦਿੱਤਾ ਜਾਏਗਾ, ਜਿਸ ਤੋਂ ਬਾਅਦ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸਾਧੇ ਗਏ ਤੇ ਇਲਜ਼ਾਮ ਤਰਾਸ਼ੀਆਂ ਦਾ ਦੌਰ ਲਗਾਤਾਰ ਜਾਰੀ ਰਿਹਾ। ਬਿਆਨਬਾਜ਼ੀਆਂ ਤਿੱਖੀਆਂ ਇਸ ਮੁੱਦੇ ਤੇ ਹੁੰਦੀਆਂ ਰਹੀਆਂ ਨੇ। ਲੁਧਿਆਣਾ ਤੋਂ ਸਾਡੇ ਸਹਿਯੋਗੀ ਕੁਲਬੀਰ ਦੀਵਾਨ ਜੁੜ ਚੁੱਕੇ ਨੇ। ਕੁਲਬੀਰ, ਕੀ ਜਾਣਕਾਰੀ ਆ ਹੱਲਾ ਬੋਲ ਦੀ, ਕੀ ਜਾਣਕਾਰੀ ਹੈ, ਕਿੱਥੋਂ ਆਗਾਜ਼ ਕੀਤਾ ਜਾਏਗਾ, ਕਿੰਨੇ ਵਜੇ ਕੀਤਾ ਜਾਏਗਾ, ਔਰ ਸੀਏ ਤੇ ਐਨਆਰਸੀ ਨੂੰ ਲੈ ਕੇ ਲਗਾਤਾਰ ਜੋ ਹੈ ਡਟਵਾਂ ਵਿਰੋਧ ਕੀਤਾ ਜਾ ਰਿਹਾ ਵਿਰੋਧੀਆਂ ਦੇ ਵੱਲੋਂ, ਔਰ ਪੰਜਾਬ ਕਾਂਗਰਸ ਦੇ ਵੱਲੋਂ ਵੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਕਿਸੇ ਵੀ ਸੂਰਤ ਵਿੱਚ ਪੰਜਾਬ ਦੇ ਵਿੱਚ ਇਸ ਕਾਨੂੰਨ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਏਗਾ। ਤਾਂ ਕਿਸ ਤਰ੍ਹਾਂ ਦਾ ਵਿਰੋਧ ਅੱਜ ਹੋਣ ਦੀ ਉਮੀਦ ਹੈ? ਦੇਖੋ ਗਗਨ, ਜਿੱਥੋਂ ਇਹ ਵਿਰੋਧ ਸ਼ੁਰੂ ਹੋਏਗਾ, ਜਿੱਥੋਂ ਇਹ ਰੋਸ ਮਾਰਚ ਸ਼ੁਰੂ ਹੋਏਗਾ, ਇਸ ਵੇਲੇ ਅਸੀਂ ਇੱਥੇ ਹੀ ਮਾਤਾ ਰਾਣੀ ਚੌਕ, ਇਸ ਜਗ੍ਹਾ ਦਾ ਨਾਂ ਹੈਗਾ ਜਿੱਥੇ ਇਹ ਕਾਰਿਆਕ੍ਰਮ ਜਿਹੜਾ ਹੈਗਾ ਉਹ ਰੱਖਿਆ ਗਿਆ। ਤੁਸੀਂ ਵੇਖ ਸਕਦੇ ਹੋ ਕਿ ਇੱਕ ਪੁਖਤਾ ਇੰਤਜ਼ਾਮ ਜਿਹੜੇ ਸੁਰੱਖਿਆ ਦੇ, ਕਿਉਂਕਿ ਮੁੱਖ ਮੰਤਰੀ ਸਾਹਿਤ ਵੱਡੇ ਨੇਤਾਵਾਂ ਨੇ ਕਾਂਗਰਸ ਦੇ ਆਉਣਾ ਹੈ, ਅਤੇ ਇਸ ਕਰਕੇ ਸੁਰੱਖਿਆ ਦੇ ਕੜੇ ਇੰਤਜ਼ਾਮ ਜਿਹੜੇ ਹੈਗੇ ਨੇ ਉਹ ਇੱਥੇ ਕੀਤੇ ਗਏ ਨੇ। ਇੱਕ ਛੋਟੀ ਜਿਹੀ ਸਟੇਜ ਇੱਥੇ ਬਣਾਈ ਗਈ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਮਹਾਤਮਾ ਗਾਂਧੀ ਅਤੇ ਡਾਕਟਰ ਭੀਮ ਰਾਵ ਅੰਬੇਦਕਰ ਦੀ ਜਿਹੜੀ ਤਸਵੀਰ ਹੈ ਉਸ ਦੇ ਪੋਸਟਰ ਦੇ ਨਾਲ ਸੰਵਿਧਾਨ ਬਚਾਓ, ਦੇਸ਼ ਬਚਾਓ, ਇਸ ਤਰ੍ਹਾਂ ਦੇ ਨਾਰੇ ਦੇ ਨਾਲ ਇਸ ਸਟੇਜ ਜਿਹੜੀ ਹੈਗੀ ਹੈ ਤਿਆਰ ਕੀਤੀ ਗਈ ਹੈ। ਇਸ ਸਟੇਜ 'ਤੇ ਕਿਸੇ ਵੀ ਕਾਂਗਰਸੀ ਲੀਡਰ ਦੀ ਪਿਕਚਰ ਜਿਹੜੀ ਹੈਗੀ ਹੈ ਉਹ ਨਹੀਂ ਲਗਾਈ, ਯਾਨੀ ਸਿੱਧਾ ਸੰਵਿਧਾਨ ਨੂੰ ਕਿਤੇ ਨਾ ਕਿਤੇ ਸਮਰਪਿਤ ਇਹ ਰੋਸ ਮਾਰਚ ਜਿਹੜਾ ਹੈਗਾ ਉਹ ਕਾਂਗਰਸ ਦਰਸਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਖਤਾ ਇੰਤਜ਼ਾਮ ਇੱਥੇ ਕੀਤੇ ਗਏ ਨੇ। ਇਹ ਦੱਸਿਆ ਜਾ ਰਿਹਾ ਕਿ 11:30 ਵਜੇ ਦੇ ਨੇੜੇ ਤੇੜੇ ਕਾਂਗਰਸ ਦੇ ਜਿਹੜੇ ਆਲਾ ਅਧਿਕਾਰੀ ਨੇ, ਕਾਂਗਰਸ ਦੇ ਜਿਹੜੇ ਨੇਤਾ ਨੇ ਉਹ ਇੱਥੇ ਪਹੁੰਚਣਗੇ, ਮੁੱਖ ਮੰਤਰੀ ਇੱਥੇ ਪਹੁੰਚਣਗੇ। ਆਸ਼ਾ ਕੁਮਾਰੀ ਜਿਹੜੇ ਪ੍ਰਭਾਰੀ ਨੇ ਪੰਜਾਬ ਕਾਂਗਰਸ ਦੇ ਉਹ ਇਸ ਰੋਸ ਮਾਰਚ ਦੇ ਵਿੱਚ ਸ਼ਾਮਿਲ ਹੋਣਗੇ। ਸੁਨੀਲ ਜਾਖੜ, ਇਸ ਤੋਂ ਇਲਾਵਾ ਕੈਬਨਿਟ ਦੇ ਜਿੰਨੇ ਮਿਨਿਸਟਰ ਨੇ ਉਹ ਇੱਥੇ ਪਹੁੰਚਣਗੇ ਅਤੇ ਕਾਰਕੁਨ ਉਹਨਾਂ ਦੇ ਨਾਲ ਹੋਣਗੇ। ਇੱਥੋਂ ਹੀ ਇਹ ਰੋਸ ਮਾਰਚ ਜਿਹੜਾ ਹੈਗਾ ਅੱਗੇ ਵਧੇਗਾ। ਇੱਥੇ ਇਹ ਦੱਸਿਆ ਜਾ ਰਿਹਾ ਮੁੱਖ ਮੰਤਰੀ ਦਾ ਸੰਬੋਧਨ ਹੋਵੇਗਾ ਇਸ ਮੁੱਦੇ ਦੇ ਉੱਤੇ। ਆਸ਼ੂ ਜੀ ਸਾਡੇ ਨਾਲ ਨੇ, ਕੈਬਨਿਟ ਮਿਨਿਸਟਰ। ਐਨਆਰਸੀ ਨੂੰ ਉਹਦੇ ਅਗੇਂਸਟ ਜਿਹੜਾ ਪ੍ਰੋਟੈਸਟ ਹੈ ਉਹਦੇ ਵਿੱਚ ਜਿੱਥੇ ਸਾਰੇ ਲੋਕ, ਸਾਰੇ ਹਿੰਦੁਸਤਾਨ ਦੇ ਲੋਕ ਸੜਕਾਂ ਤੇ ਨੇ ਤੇ ਉਹਨਾਂ ਨਾਲ ਸੋਲੀਡੈਰਿਟੀ ਦਿਖਾਉਣ ਨੂੰ ਤੇ ਉਹਦੇ ਅਗੇਂਸਟ ਕੰਸਟੀਟਿਊਸ਼ਨ ਨੂੰ ਬਚਾਉਣ ਲਈ ਇਹ ਉਪਰਾਲਾ ਕੀਤਾ ਜਾ ਰਿਹਾ। ਨੇਤਾ ਸ਼ਾਮਿਲ ਸੀਐਮ ਸਾਹਿਬ, ਜਾਖੜ ਸਾਹਿਬ, ਆਸ਼ਾ ਕੁਮਾਰੀ ਜੀ, ਸਾਰੇ ਮੰਤਰੀ ਸਾਹਿਬਾਨ, ਐਮਪੀ ਸਾਹਿਬਾਨ ਔਰ ਐਮਐਲਏ ਸਾਹਿਬਾਨ। ਕਿੱਥੋਂ ਤੱਕ ਜਾਏਗਾ ਰੋਸ ਸਰ? ਇੱਥੇ ਕਲਮੀਨੇਟ ਹੋਏਗਾ ਜੀ। ਭਾਰਤ ਭੂਸ਼ਣ ਆਸੂ ਕੈਬਨਿਟ ਮਿਨਿਸਟਰ ਸਨ ਸਾਡੇ ਨਾਲ, ਜਿਹੜੇ ਇੱਥੇ ਤਿਆਰੀਆਂ ਦਾ ਜਾਇਜ਼ਾ ਫਿਲਹਾਲ ਲੈਣ ਵਾਸਤੇ ਆਏ ਸਨ। ਉਹ ਜਾਣਕਾਰੀ ਦੇ ਰਹੇ ਸਨ ਕਿ ਕਿਸ ਤਰ੍ਹਾਂ ਦਾ ਸਵਰੂਪ ਇਸ ਰੋਸ ਮਾਰਚ ਦਾ ਹੋਵੇਗਾ ਗਗਨ। ਅਤੇ ਇੱਥੋਂ ਕਰੀਬ ਇਹ ਦੱਸਿਆ ਜਾ ਰਿਹਾ ਕਿ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਇੱਥੇ ਆਉਣਗੇ, ਇੱਥੇ ਸੰਬੋਧਨ ਕਰਨਗੇ, ਲੇਕਿਨ ਉਹ ਅੱਗੇ ਰੋਸ ਮਾਰਚ ਦੇ ਵਿੱਚ ਨਹੀਂ ਜਾਣਗੇ, ਅੱਗੇ ਕਾਂਗਰਸ ਦੇ ਨੇਤਾ ਹੋਰ ਜਿਹੜੇ ਹੈਗੇ ਨੇ ਉਹ ਹੀ ਜਾਣਗੇ। ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈਗੀ ਫਿਲਹਾਲ ਮਿਲ ਰਹੀ ਹੈ। ਕਰੀਬ 1.5 ਕਿਲੋਮੀਟਰ ਜਿਹੜਾ ਹੈਗਾ ਇਹ ਰੋਸ ਮਾਰਚ ਹੋਵੇਗਾ ਅਤੇ ਇਸ ਦੇ ਵਿੱਚ ਕਾਫੀ ਸੰਖਿਆ ਦੇ ਵਿੱਚ ਕਾਂਗਰਸ ਦੇ ਜਿਹੜੇ ਕਾਰਕੁਨ ਨੇ ਉਹ ਵੀ ਸ਼ਾਮਿਲ ਹੋਣਗੇ, ਯਾਨੀ ਕਿਤੇ ਨਾ ਕਿਤੇ ਕਾਂਗਰਸ ਜਿਹੜੀ ਹੈਗੀ ਹੈ ਲੁਧਿਆਣਾ ਤੋਂ ਅੱਜ ਪੰਜਾਬ ਦੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਵੇਗੀ ਇਸ ਕਾਨੂੰਨ ਦੇ ਖਿਲਾਫ, ਕਿਉਂਕਿ ਇਸ ਨੂੰ ਸੰਵਿਧਾਨਿਕ ਇੱਕ ਕਾਨੂੰਨ ਜਿਹੜੀ ਹੈਗੀ ਹੈ ਉਹ ਮੰਨ ਰਹੀ ਹੈ ਕਾਂਗਰਸ ਅਤੇ ਦੇਸ਼ ਭਰ ਦੇ ਵਿੱਚ। ਤੁਸੀਂ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਹਰ ਰਾਜ ਦੇ ਵਿੱਚ, ਹਰ ਸੂਬੇ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਹੈ ਆਪੋ ਆਪਣੇ ਲੈਵਲ 'ਤੇ ਇਸ ਤਰ੍ਹਾਂ ਦੇ ਪ੍ਰਦਰਸ਼ਨ ਇਸ ਕਾਨੂੰਨ ਦੇ ਖਿਲਾਫ ਕਰ ਰਹੀ ਹੈ।